ਲਾਈਟਾਂ ਨੇ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਕਿ ਉਹ ਲਾਈਟਾਂ ਜ਼ਰਾ ਦਿਖਾਉਣ, ਲਾਈਟ ਇੱਥੇ ਕੋਈ ਨਹੀਂ ਜਗ ਰਹੀ, ਅਤੇ ਆਪਣੀਆਂ ਜੋ ਸਿਟੀ ਬੱਸਾਂ ਨੇ ਉਹਨਾਂ ਕਰਕੇ ਵੀ ਦੇਖ ਰਹੇ ਹੋ ਕਿ ਬਹੁਤ ਪ੍ਰੋਬਲਮ ਆ ਰਹੀ ਆ, ਰਾਹ ਵੀ ਦੇਖ ਰਹੇ ਹੋ ਕਿ ਕੋਈ ਲਾਈਟ ਨਹੀਂ ਜਗ ਰਹੀ, ਕੋਈ ਸਿਸਟਮ ਨਹੀਂ ਹੈ ਇੱਥੇ ਜੀ, ਬਹੁਤ ਦਿੱਕਤ ਆ ਰਹੀ ਆ ਰਾਹਗੀਰਾਂ ਨੂੰ। ਅਤੇ ਇੱਥੋਂ ਦਾ ਜੋ ਆਪਣੇ ਪੰਜਾਬ ਪੁਲਿਸ ਦੇ ਵੀਰ ਬਖੂਬੀ ਬਹੁਤ ਵਧੀਆ ਡਿਊਟੀ ਕਰ ਰਹੇ ਨੇ, ਪਰ ਇਹਨਾਂ ਨੂੰ ਵੀ ਸ਼ਾਮ ਦੇ ਟਾਈਮ ਇੱਥੇ ਬਹੁਤ ਜ਼ਿਆਦਾ ਰਸ਼ ਹੋਣ ਕਰਕੇ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਰਦੇ ਹਾਂ ਆਪਣੇ ਪੰਜਾਬ ਪੁਲਿਸ ਦੇ ਵੀਰ ਹੋਣਾਂ ਨਾਲ। ਹਾਂਜੀ ਸਰ, ਇੱਥੇ ਡਿਊਟੀ ਦੌਰਾਨ ਕਿਸ ਤਰ੍ਹਾਂ ਦੀਆਂ ਤੁਹਾਨੂੰ ਦਿੱਕਤਾਂ ਆਉਂਦੀਆਂ? ਸਰ ਜਿਵੇਂ ਨਿਊ ਅੰਮ੍ਰਿਤਸਰ ਦੇ ਅੰਦਰੋਂ ਲੋਕ ਆਉਂਦੇ ਨੇ, ਅਤੇ ਇਹ ਕਿਸ ਤਰ੍ਹਾਂ ਹੁਣ ਵੀ ਦੇਖ ਰਹੇ ਹੋ ਕਾਫੀ ਟ੍ਰੈਫਿਕ ਆ, ਸ਼ਾਮ ਦੇ ਟਾਈਮ ਇਸ ਤੋਂ ਵੀ ਜ਼ਿਆਦਾ ਟ੍ਰੈਫਿਕ ਹੋ ਜਾਂਦੀ ਹੈ, ਅਤੇ ਸਰ ਕਿਸ ਤਰ੍ਹਾਂ ਦੇ ਮਸਲੇ ਤੁਹਾਡੇ ਸਾਹਮਣੇ ਆਉਂਦੇ? ਹਰ ਇੱਕ ਘਰ ਨੂੰ ਕਾਫੀ ਸਾਰੀ ਚੌਂਕੀ ਸੀਗਾ, ਅਤੇ ਵਧੋ ਵਧੀ ਜਾਮ ਲੱਗ ਜਾਂਦਾ, ਬੈਠਾ ਹੁਣ ਪਰ ਲੋਕ ਕਾਹਲੀ ਕਰਕੇ ਬੜੋ ਬੜੀ ਲੰਘ ਰਹੇ, ਟ੍ਰੈਫਿਕ ਬੜੋ ਬੜੀ ਜਾਮ ਹੋ ਰਿਹਾ, ਹਾਈਵੇ ਹੋ ਰਿਹਾ ਅਤੇ ਸਾਰਿਆਂ ਨੂੰ ਇਹੋ ਹੀ ਲੱਗਦਾ। ਹਾਂਜੀ ਤੁਸੀਂ ਦੇਖ ਰਹੇ ਹੋ ਜੀ, ਸਾਹਮਣਾ ਆਮ ਜਨਤਾ ਨੂੰ ਤਾਂ ਚਲੋ ਆ ਹੀ ਰਿਹਾ, ਪਰ ਆਪਣੇ ਜੋ ਪੰਜਾਬ ਪੁਲਿਸ ਦੇ ਨਾਲ ਹੀ ਇਹਨਾਂ ਨੇ ਵਾਹੀਕਲ ਦੀ ਚੈਕਿੰਗ ਕਰਨੀ ਹੁੰਦੀ ਹੈ, ਅਤੇ ਨਾਲ ਹੀ ਇਹਨਾਂ ਨੇ ਆਪਣਾ ਡਿਊਟੀ ਦਾ ਫਰਜ਼ ਕੀਤਾ, ਜੇ ਕੋਈ ਗੱਡੀ ਰੋਕੀ ਹੈ ਤਾਂ ਵੀਰ ਨੂੰ ਚੌਂਕ ਦੇ ਵਿੱਚ ਆ ਕੇ ਵੀ ਆਪਣਾ ਰਾਹ ਸਾਫ਼ ਕਰਾਉਣਾ ਪੈਂਦਾ, ਕਿਉਂਕਿ ਜੋ ਅੰਮ੍ਰਿਤ ਨਿਊ ਅੰਮ੍ਰਿਤਸਰ ਦੇ ਅੰਦਰੋਂ ਕੈਮਰਾਮੈਨ ਨੂੰ ਕਹਾਂਗੇ ਦਿਖਾਓ ਯਾਰ, ਜੋ ਅੰਮ੍ਰਿਤ ਨਿਊ ਅੰਮ੍ਰਿਤਸਰ ਦੇ ਗੇਟ ਦੇ ਅੰਦਰੋਂ ਨਹੀਂ ਵਹੀਕਲਸ ਆਉਂਦੇ ਨੇ, ਉਹਦੇ ਕਰਕੇ ਥੋੜ੍ਹਾ ਜਿਹਾ ਨਾ ਜ਼ਿਆਦਾ ਇੱਥੇ ਪ੍ਰੋਬਲਮ ਆ, ਅਤੇ ਇੱਥੋਂ ਦੀਆਂ ਜੋ ਲਾਈਟਾਂ ਨੇ, ਅਤੇ ਅਪੀਲ ਕਰਦੇ ਹਾਂ ਪ੍ਰਸ਼ਾਸਨ ਨੂੰ ਕਿ ਇਹਨਾਂ ਨੂੰ ਮੁਰੰਮਤ ਕਰਾਇਆ ਜਾਵੇ, ਤਾਂ ਜੋ ਇੱਥੇ ਮਸਲਾ ਕੋਈ ਨਾ ਹੋਵੇ। ਕੈਮਰਾਮੈਨ ਰਾਜਵੀਰ ਦੇ ਨਾਲ ਅਮਨ ਬਲੀ।